ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡੀ ਹੋਸਟ ਵੀਤ ਕੌਰ ਨਿਊਜ਼ ਟੀਵੀ 84 ਦੇ ਨਾਲ ਵੀਅਰਸ ਅੱਜ ਸ਼ਖਸੀਅਤ ਨਾਲ ਅਸੀਂ ਗੱਲਬਾਤ ਕਰਾਂਗੇ ਸਾਨੂੰ ਉਹਨਾਂ 'ਤੇ ਮਾਣ ਵੀ ਹੈ ਪਰ ਇਹ ਉਹਨਾਂ ਦਾ 20 ਸਾਲ ਤੋਂ ਜ਼ਿਆਦਾ ਸਮੇਂ ਦਾ ਟ੍ਰੈਜਿਕ ਸਫ਼ਰ ਵੀ ਹੈ ਬਹੁਤ ਵਾਰ ਅਸੀਂ ਸਿੱਖ ਇਤਿਹਾਸ ਵਿੱਚ ਸਿੰਘਾਂ ਦੀਆਂ ਕੁਰਬਾਨੀਆਂ ਦਾ ਜ਼ਿਕਰ ਤਾਂ ਕਰਦੇ ਹਾਂ ਪਰ ਕਿਵੇਂ ਬੀਤੇ ਦੇ ਇਤਿਹਾਸ ਵਿੱਚ ਅਤੇ ਅੱਜ ਵੀ ਸਿੰਘਣੀਆਂ ਨੇ ਜਿਵੇਂ ਆਪਣੇ ਭਰਾਵਾਂ ਆਪਣੇ ਪਤੀ ਅਤੇ ਸੰਗ ਸਾਥ ਮੋਢੇ ਨਾਲ ਮੋਢਾ ਜੋੜ ਕੇ ਕੁਰਬਾਨੀਆਂ ਕੀਤੀਆਂ ਉਸਨੂੰ ਅਸੀਂ ਵਿਸ਼ੇਸ਼ ਥਾਂ ਨਹੀਂ ਦਿੰਦੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਜਿਨ੍ਹਾਂ ਦਾ ਨਾਂ ਅਤੇ ਕੁਰਬਾਨੀ ਕਿਸੇ ਵੇਰਵੇ ਦਾ ਮੁਥਾਜ਼ ਨਹੀਂ ਹੈ ਪਰ ਕਿਵੇਂ ਉਹਨਾਂ ਦੀ ਸਿੰਘਣੀ ਬੀਬੀ ਨਵਨੀਤ ਕੌਰ ਨੇ ਪਿਛਲੇ 20 ਸਾਲ ਤੋਂ ਜ਼ਿਆਦਾ ਦਾ ਸਮੇਂ ਭਾਰੀ ਸੰਘਰਸ਼ ਵਿੱਚ ਗੁਜ਼ਾਰਿਆ ਹੈ ਕਿਵੇਂ ਅੱਜ ਵੀ ਉਹ ਆਪਣੇ ਪਤੀ ਲਈ ਇਨਸਾਫ ਲੈਣ ਵਾਸਤੇ ਲੰਬੀ ਕਾਨੂੰਨੀ ਲੜਾਈ ਲੜ ਰਹੇ ਹਨ ਕਿਵੇਂ ਮੀਡੀਆ ਦੇ ਸਾਹਮਣੇ ਉਹ ਇੱਕ ਆਦਰਸ਼ ਬਹਾਦਰ ਸਿੰਘਣੀ ਦਾ ਪ੍ਰਭਾਵ ਦਿੰਦੇ ਹਨ ਉਹ ਕਿਸੇ ਦੇ ਮੁਥਾਜ਼ ਨਹੀਂ ਬਣੇ ਬਲਕਿ ਆਪ ਕਿਰਤ ਕਰਕੇ ਆਪਣਾ ਜੀਵਨ ਨਿਰਵਾਹ ਕਰ ਰਹੇ ਹਨ ਇਹ ਸਿੱਖ ਕੌਮ ਲਈ ਫਖਰ ਦੀ ਗੱਲ ਹੈ ਹੁਣ ਅਸੀਂ ਬੀਬੀ ਨਵਨੀਤ ਕੌਰ ਨਾਲ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ ਜੋ ਸਾਡੇ ਨਾਲ ਸਰੀ ਕੈਨੇਡਾ ਤੋਂ ਫੋਨ ਲਾਈਨ 'ਤੇ ਜੁੜ ਚੁੱਕੇ ਹਨ ਜੀ ਬੀਬੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭੈਣ ਜੀ ਤੁਹਾਡਾ ਸਾਡੇ ਸ਼ੋਅ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਭੈਣ ਜੀ ਤੁਸੀਂ ਸਾਡੇ ਸ਼ੋਅ ਦੇ ਵਿੱਚ ਪਹਿਲੀ ਵਾਰ ਆਏ ਹੋ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਜੀ ਦੇ ਬਾਰੇ ਗੱਲਬਾਤ ਕਰਨ ਤੋਂ ਪਹਿਲਾਂ ਅਸੀਂ ਤੁਹਾਡੇ ਪਿਛੋਕੜ ਬਾਰੇ ਜਾਣਨਾ ਚਾਹੁੰਦੇ ਹਾਂ ਤੁਸੀਂ ਕਿੱਥੋਂ ਦੇ ਹੋ ਤੁਹਾਡਾ ਬਚਪਨ ਕਿਵੇਂ ਬੀਤਿਆ ਤੁਸੀਂ ਕਿੱਥੇ ਪੜ੍ਹੇ ਅਤੇ ਤੁਹਾਡਾ ਪਿੰਡ ਕਿਹੜਾ ਹੈ ਹਾਂਜੀ ਭੈਣ ਜੀ ਅਸੀਂ ਐਕਚੁਅਲੀ ਮੇਰੇ ਪੇਰੈਂਟਸ ਅਸੀਂ ਬਿਲੋਂਗ ਟੂ ਅੰਮ੍ਰਿਤਸਰ ਆ ਹਾਂਜੀ ਤੇ ਅਸੀਂ ਉਸ ਤੋਂ ਬਾਅਦ ਬਠਿੰਡੇ ਡਿਸਟ੍ਰਿਕਟ ਵੀ ਰਾਮਪੁਰੇ ਜਿੱਦਾਂ ਮੇਰੇ ਡੈਡੀ ਹੋਣਾ ਦੇ ਨਾਮ ਤੇ ਉੱਥੇ ਸੀ ਤਾਂ ਅਸੀਂ ਉੱਥੇ ਵੀ ਸੀ ਪ੍ਰੋਪਰਟੀ ਉੱਥੇ ਵੀ ਡੈਡੀ ਹੋਣੀ ਉੱਥੇ ਰਹਿੰਦੇ ਸੀ ਜੀ ਪਹਿਲਾਂ ਮੈਂ ਬਿਗਨਿੰਗ ਚ ਤਾਂ ਅਸੀਂ ਅੰਮ੍ਰਿਤਸਰ ਨਾ ਪੜ੍ਹੀ ਫਿਰ ਉਸ ਤੋਂ ਬਾਅਦ ਹਾਈ ਸਕੂਲ ਕਾਨਪੁਰ ਮੇਰੇ ਡੈਡੀ ਦਾ ਟਰਾਂਸਪੋਰਟ ਦਾ ਕੰਮ ਸੀ ਮੇਰੇ ਚਾਚਾ ਜੀ ਨਾਲ ਤੇ ਉੱਥੇ ਅਸੀਂ ਰਹੇ ਹਾਈ ਸਕੂਲ ਮੈਂ ਕਾਨਪੁਰ ਤੋਂ ਕੀਤਾ ਜੀ ਤੇ ਉਸ ਤੋਂ ਬਾਅਦ ਕਾਲਜ ਮੈਂ ਬਠਿੰਡੇ ਆ ਕੇ ਰਾਮਪੁਰੇ ਤੋਂ ਉੱਥੇ ਮੈਂ ਸਟੱਡੀ ਬੀ ਏ ਕਰਕੇ ਮਾਸਟਰਸ ਆਫ ਇਕਨੋਮਿਕਸ ਵੀ ਕੀਤੀ ਹਾਂਜੀ 89 88 ਕਰੀਏ ਤੇ ਅੱਗੇ ਹਨਾ ਵਧੀਆ ਹੀ ਹੋਵੇ ਸਾਰਾ ਕੁਛ ਜੀ ਜੀ ਤੇ ਪਰ ਹੋ ਗਿਆ ਕੁਛ ਹੋਰ ਜੀ ਤੇ ਭੈਣ ਜੀ ਤੁਸੀਂ ਪ੍ਰੋਫੈਸਰ ਭੁੱਲਰ ਜੀ ਨਾਲ ਹੋਏ ਆਪਣੇ ਆਨੰਦ ਕਾਰਜ ਉਸ ਤੋਂ ਬਾਅਦ ਪਰਿਵਾਰਾਂ ਨਾਲ ਕੀ ਵਾਪਰਿਆ ਇਸ ਬਾਰੇ ਵੀ ਸਾਡੀ ਸਿੱਖ ਸੰਗਤਾਂ ਨੂੰ ਜਰਾ ਵੇਰਵੇ ਦੇ ਨਾਲ ਦੱਸੋ ਹਾਂਜੀ ਭੈਣ ਜੀ ਜਿੱਦਾਂ ਇਹਨਾਂ ਦੇ ਡੈਡੀ ਮੇਰੇ ਫਾਦਰ ਨਾਲ ਮੇਰੇ ਡੈਡੀ ਇਹ ਪਹਿਲਾਂ ਇਕੱਠੇ ਪੜ੍ਹਦੇ ਰਹੇ ਸੀ ਤਾਂ ਫਿਰ ਜਦੋਂ ਕਾਫੀ ਦੇਰ ਬਾਅਦ ਮਿਲੇ ਤਾਂ ਗੱਲ ਮਿਲੇ ਤਾਂ ਉਸ ਤੋਂ ਬਾਅਦ ਇਹਨਾਂ ਨੇ ਸੋਚਿਆ ਵੀ ਚਲੋ ਸਾਡਾ ਲੜਕਾ ਵੀ ਪ੍ਰੋਫੈਸਰ ਆ ਤੇ ਅਸੀਂ ਵੀ ਦੇਖਦੇ ਹਾਂ ਹਰ ਇੱਕ ਨੂੰ ਜਿੱਦਾਂ ਮੇਰੇ ਡੈਡੀ ਨੂੰ ਵੀ ਸੀਗਾ ਤੇ ਚਲੋ ਇਹਨਾਂ ਨੇ ਰਿਸ਼ਤੇ ਦੀ ਗੱਲ ਹੋ ਗਈ ਸਾਡਾ ਵਿਆਹ ਹੋ ਗਿਆ ਸਤੰਬਰ 1991 ਤੇ ਬਸ ਉਸ ਤੋਂ ਬਾਅਦ ਵਧੀਆ ਸੀ 3-4 ਮਹੀਨੇ ਤਾਂ ਠੀਕ ਸੀ ਪਰ ਫਿਰ ਜਿਵੇਂ ਉਦੋਂ 90s ਦੇ ਵਿੱਚ ਪੰਜਾਬ ਦੇ ਹਾਲਾਤ ਬਹੁਤ ਖਰਾਬ ਸੀ ਉਦੋਂ ਐਂ ਨੀ ਸੀ ਪਤਾ ਹੁੰਦਾ ਵੀ ਕਿਹਨੂੰ ਪੁਲਿਸ ਨੇ ਲੈ ਜਾਣਾ ਕਿਹਨੇ ਗੋਲੀ ਵੱਜ ਜਾਣੀ ਆ ਕਿਹਨੇ ਕਿੱਥੇ ਕੀ ਹੋ ਜਾਣਾ ਜੀ ਉਦੋਂ ਏਦਾਂ ਹੀ ਸਾਡੇ ਨਾਲ ਹੋਇਆ ਵੀ ਇਕਦਮ ਹੀ ਪੁਲਿਸ ਆ ਗਈ ਲੱਭਣ ਇਹਨਾਂ ਨੂੰ ਹਨਾ ਵੀ ਜਿਵੇਂ ਕਾਲਜ ਚੋਂ ਮੁਲਤਾਨੀ ਕਰਸ਼ਨ ਸਿੰਘ ਮੁਲਤਾਨੀ ਦੇ ਬੇਟੇ ਜਿਹੜੇ ਸੀਗੇ ਵੀ ਉਹ ਫੜੇ ਗਏ ਤੇ ਉਹਨਾਂ ਨੇ ਇਹਨਾਂ ਦਾ ਨਾਂ ਲੈ ਤਾ ਕਾਲਜ ਚ ਇੱਕ ਦੂਜੇ ਦਾ ਨਾਂ ਲੈ ਲੈ ਕੇ ਕਈਆਂ ਦੇ ਕਈ ਫੜਾਤੇ ਕਈ ਘਰ ਬਰਬਾਦ ਹੋ ਗਏ ਹਾਂਜੀ ਏਦਾਂ ਹੀ ਸਾਡੇ ਨਾਲ ਹੋਇਆ ਇਹਨਾਂ ਦੇ ਡੈਡੀ ਨੂੰ ਲੈ ਗਏ ਮੇਰੇ ਡੈਡੀ ਨੂੰ ਲੈ ਕੇ ਗਏ ਕਜ਼ਨ ਇਹਨਾਂ ਦੇ 2-3 ਉਹਨਾਂ ਨੂੰ ਲੈ ਕੇ ਗਏ ਮਾਸਟਰ ਅੰਕਲ ਕਈ 7-8 ਜਣੇ ਫੜ ਲਏ ਹਨਾ ਸਾਰਿਆਂ ਨੂੰ ਛੱਡਤਾ ਇਹਨਾਂ ਦੇ ਮਾਸਟਰ ਜੀ ਨੂੰ ਨੀ ਛੱਡਿਆ ਤੇ ਇਹਨਾਂ ਦੇ ਡੈਡੀ ਨੂੰ ਨੀ ਛੱਡਿਆ ਹਨਾ ਜੀ ਬਾਕੀ ਸਾਰਿਆਂ ਨੂੰ ਮੇਰੇ ਡੈਡੀ ਨੂੰ ਵੀ ਬਾਕੀਆਂ ਨੂੰ ਕਾਫੀ 1.5-2 ਮਹੀਨੇ ਬਾਅਦ ਬਹੁਤ ਜ਼ਿਆਦਾ ਤਸ਼ੱਦਦ ਕਰਨ ਤੋਂ ਬਾਅਦ ਹਨਾ ਛੱਡਿਆ ਹਾਂਜੀ ਤੇ ਉਸ ਤੋਂ ਬਾਅਦ ਇਹੀ ਸੀਗਾ ਵੀ 2-3 ਸਾਲ ਮੰਗੇ 94 ਤੱਕ ਇਹ ਮੈਨੂੰ ਨੀ ਪਤਾ ਇਹ ਕਿੱਥੇ ਆ ਅਸੀਂ ਕਿੱਥੇ ਆ ਮਤਲਬ ਲੁੱਕ ਲੁੱਕ ਕੇ ਦਿਨ ਕੱਟਣ ਵਾਲੀ ਗੱਲ ਸੀਗੀ ਹਨਾ ਅਸੀਂ ਕਿਸੇ ਤਰੀਕੇ ਅਸੀਂ ਬਾਹਰ ਆ ਗਏ ਹਾਂਜੀ ਇਹਨਾਂ ਇਹ ਵੀ ਬਾਹਰ ਹੀ ਨਿਕਲਣ ਜਰਮਨ ਆ ਰਹੇ ਸੀਗੇ ਵੀ ਇਹਨਾਂ ਨੂੰ ਸੀਗਾ ਵੀ ਮੈਂ ਸਾਰਾ ਇੰਨਾ ਘਰ ਦਾ ਅੱਗੇ ਨੁਕਸਾਨ ਬਹੁਤ ਹੋ ਗਿਆ ਤੇ ਮੈਨੂੰ ਮੇਰੀ ਜਾਨ ਨੂੰ ਵੀ ਖਤਰਾ ਆ ਤੇ ਮੈਂ ਆਪਣਾ ਬਾਹਰ ਜਾਵਾਂ ਹਨਾ ਇੱਥੇ ਕੀ ਰਹਿ ਕੇ ਕਰਨਾ ਹਾਂਜੀ ਵੀ ਮੇਰੀ ਲਾਈਫ ਉੱਥੇ ਫਿਊਚਰ ਵਧੀਆ ਹੋਊਗਾ ਉੱਥੇ ਅਸੀਂ ਚੈਨ ਨਾਲ ਰਹਿ ਸਕਾਂਗੇ ਤਾਂ ਪਰ ਜਰਮਨ ਜਦੋਂ ਆਏ ਤਾਂ ਫਿਰ ਉੱਥੇ ਇਹਨਾਂ ਨੂੰ ਇਹਨਾਂ ਦੀ ਡਿਪੋਰਟੇਸ਼ਨ ਹੋ ਗਈ ਹਾਂਜੀ ਹਨਾ ਬਦਕਿਸਮਤੀ ਨਾਲ ਤੇ ਉਹਦੀ ਸਜ਼ਾ ਹੁਣ ਤੱਕ ਮਿਲ ਰਹੀ ਹਾਂਜੀ ਜੀ ਭੈਣ ਜੀ ਜਰਮਨੀ ਬਾਰੇ ਵੀ ਅਸੀਂ ਗੱਲਬਾਤ ਕਰਾਂਗੇ ਉਸ ਤੋਂ ਬਾਅਦ ਅਸੀਂ ਪਹਿਲਾਂ ਜਾਣਾ ਚਾਹੁੰਦੇ ਹਾਂ ਬਿਕੋਜ਼ ਜਿਹੜੇ ਸਾਡੇ ਬਜ਼ੁਰਗ ਨੇ ਉਹਨਾਂ ਨੂੰ ਤਾਂ ਪਤਾ ਕਿ 90s ਦੇ ਵਿੱਚ ਸਿੱਖਾਂ ਦੇ ਨਾਲ ਕੀ ਹੋ ਰਿਹਾ ਸੀ ਪਰ ਜਿਹੜੀ ਅੱਜ ਦੀ ਜਨਰੇਸ਼ਨ ਹੈ ਸ਼ਾਇਦ ਉਹਨਾਂ ਨੂੰ ਨਹੀਂ ਪਤਾ ਕਿ 90s ਦਾ ਜਿਹੜਾ ਕਾਲਾ ਦੌਰ ਸੀ ਜਿਸ ਡਰ ਲੱਗਦਾ ਸੀ ਲੋਕਾਂ ਨੂੰ ਪੁਲਿਸ ਵਾਲਿਆਂ ਕੋਲ ਉਹ ਜਿਹੜਾ ਦੌਰ ਸੀ ਕਿਸ ਤਰ੍ਹਾਂ ਦਾ ਸੀਗਾ ਉਸ ਬਾਰੇ ਵੀ ਸਾਡੇ ਜਿਹੜੇ ਬੱਚੇ ਅੱਜ ਦੇ ਉਹਨਾਂ ਨੂੰ ਦੱਸੋ ਭੈਣ ਜੀ ਉਦੋਂ ਤਾਂ ਇੰਨਾ ਜ਼ਿਆਦਾ ਮਤਲਬ ਦਹਿਸ਼ਤ ਵਾਲਾ ਮਾਹੌਲ ਸੀਗਾ ਤੁਸੀਂ ਹਾਂਜੀ
ਪੁਲਿਸ ਵਾਲਿਆਂ ਨੂੰ, ਪੁਲਿਸ ਵਾਲੇ ਤਾਂ ਬਿਨਾਂ ਸੋਚੇ ਸਮਝੇ ਘਰੋਂ ਲੈ ਜਾਂਦੇ ਸੀ, ਉਹ ਇਹ ਵੀ ਨਹੀਂ ਸੀ ਦੱਸਦੇ ਵੀ ਰੀਜ਼ਨ ਕੀ ਹੈ. ਹਾਂਜੀ, ਹਨਾ, ਲਿਜਾ ਕੇ ਤਸ਼ੱਦਦ ਕਰਨਾ, ਲੇਡੀਜ਼ ਨੂੰ ਵੀ ਤੰਗ ਕਰਨਾ, ਹਨਾ. ਈਵਨ ਮੇਰੇ ਮੰਮੀ ਨੂੰ ਵੀ ਲੈ ਕੇ ਗਏ ਇੱਕ ਦਿਨ ਜੀ, ਹਨਾ, ਰਾਤ ਰੱਖਿਆ. ਹਾਂਜੀ, ਲੇਡੀਜ਼ ਨੂੰ ਵੀ ਨਹੀਂ ਸੀ ਛੱਡਦੇ ਜੀ. ਤੇ ਬਾਕੀ ਤਾਂ ਜੈਂਟਸ ਨੂੰ ਤਾਂ ਛੱਡਣਾ ਹੀ ਕੀ ਆ. ਔਰ ਉਹਨਾਂ ਨੂੰ ਬਿਨਾਂ ਰੀਜ਼ਨ, ਉਹਨਾਂ ਨੂੰ ਵਿਚਾਰਿਆਂ ਨੂੰ ਜਿਹਨੂੰ ਲੈ ਕੇ ਜਾ ਰਹੇ ਆ ਸਾਡੀ ਫੈਮਿਲੀ ਵਾਂਗ, ਉਹਨਾਂ ਨੂੰ ਪਤਾ ਹੀ ਨਹੀਂ ਵੀ ਸਾਨੂੰ ਕਿਉਂ ਫੜਿਆ. ਹਾਂਜੀ, ਔਰ ਐਸੀਆਂ ਥਾਵਾਂ ਤੇ ਲੈ ਜਾਣਾ, ਅਣਦਿੱਤੀ ਥਾਂ ਜਿੱਥੇ ਕਿ ਕੋਈ ਥਾਣਾ ਨਹੀਂ, ਕੋਈ ਬਿਲਡਿੰਗ ਆ, ਜਸਟ ਬਿਲਡਿੰਗ ਚ ਲਿਜਾ ਕੇ ਉਹਨਾਂ ਨੂੰ ਟੋਰਚਰ ਕਰਨਾ. ਥਾਣਿਆਂ ਚ ਨਹੀਂ ਸੀ ਰੱਖਦੇ ਉਸ ਟਾਈਮ ਚ. ਹਾਂਜੀ, 1991-93 ਤੱਕ ਇੱਦਾਂ ਹੀ ਰਿਹਾ. ਹਾਂਜੀ, 92-93 ਤੱਕ, ਹਨਾ, 88 ਤੋਂ ਬਾਅਦ ਜੀ. ਸੋ ਬਹੁਤ ਡਰ ਵਾਲਾ ਮਾਹੌਲ ਸੀ. ਮੈਂ ਤੁਹਾਨੂੰ ਆਪਣਾ ਦੱਸਦੀ ਹਾਂ, ਜਦੋਂ ਅਸੀਂ ਇੱਥੇ ਕੈਨੇਡਾ ਚ ਆਏ ਆ, ਮੈਂ ਨਾਲੇ ਕਿ ਇੱਥੇ ਇੰਨਾ ਵਧੀਆ ਫ੍ਰੀ ਕੰਟਰੀ ਆ, ਕੋਈ ਲਾ ਹੈਗਾ ਆ ਵੀ ਐ ਨੀ ਕਿਸੇ ਨੂੰ ਕੁਛ ਕਹਿਣ. ਸਾਨੂੰ ਪੁਲਿਸ ਦੀ ਕਾਰ ਦੇਖ ਕੇ ਉਦੋਂ ਵੀ ਡਰ ਲੱਗਦਾ ਸੀ, ਕਿਉਂਕਿ ਅਸੀਂ ਇੰਨਾ ਸਫ਼ਰ ਕਰ ਚੁੱਕੇ ਸੀ. ਹਾਂਜੀ ਜੀ. ਤੇ ਭੈਣ ਜੀ, ਜਦੋਂ ਵੀਰ ਜੀ ਨੂੰ ਉਹਨਾਂ ਨੇ ਜੇਲ੍ਹ ਦੇ ਵਿੱਚ ਬੰਦ ਕੀਤਾ, ਉਸ ਤੋਂ ਕਿੰਨੀ ਦੇਰ ਬਾਅਦ ਵੀਰ ਜੀ ਜਰਮਨੀ ਗਏ ਸੀਗੇ? ਨਹੀਂ, ਜੇਲ੍ਹ 'ਚ ਤਾਂ ਬਾਅਦ 'ਚ ਗਏ ਆ, ਪਹਿਲਾਂ ਤਾਂ ਇਹ 2-3 ਸਾਲ ਤਾਂ ਇਹ ਲੁੱਕ ਲੱਕ ਕੇ ਹੀ ਰਹੇ ਸੀ, ਹਨਾ. ਹਾਂਜੀ, ਆਪਣਾ ਬਚਾਅ ਆਪ ਹੀ ਕਰਦੇ ਰਹੇ. ਹਾਂਜੀ, ਜਰਮਨੀ ਇਹ ਗਏ ਆ 94 'ਚ, 91 ਤੋਂ ਬਾਅਦ 3 ਸਾਲ ਬਾਅਦ. ਹਾਂਜੀ. ਤੇ ਭੈਣ ਜੀ, ਜਿਸ ਜਰਮਨੀ ਤੋਂ ਡਿਪੋਰਟ ਕੀਤਾ ਗਿਆ, ਵਾਪਿਸ ਇੰਡੀਆ ਲਿਆਂਦਾ ਗਿਆ, ਤਾਂ ਭਾਰਤ ਵਾਪਿਸ ਪੁੱਜਣ 'ਤੇ ਉਹਨਾਂ ਨਾਲ ਕੀ ਵਾਪਰਿਆ, ਅਤੇ ਇਸ ਲੰਬੇ ਸਮੇਂ ਦੀ ਕਾਨੂੰਨੀ ਲੜਾਈ ਬਾਰੇ ਵੀ ਜਿਹੜਾ ਸਾਡੇ ਦਰਸ਼ਕਾਂ ਨੂੰ ਵੇਰਵੇ ਦੇ ਨਾਲ ਦੱਸੋ. ਹਾਂਜੀ, ਇਹਨਾਂ ਦੀ ਡਿਪੋਰਟੇਸ਼ਨ ਜਦੋਂ ਹੋਈ ਆ, ਪਰ ਇਹਨਾਂ ਦੀ ਉਹਦੇ 'ਚ ਐਕਸਟ੍ਰਾਡੀਸ਼ਨ ਨਹੀਂ ਹੋਈ ਕਈਆਂ ਨੂੰ, ਇਹ ਵਹਿਮ ਹੈਗਾ ਆ, ਪਰ ਹੋਈ ਡਿਪੋਰਟੇਸ਼ਨ ਸੀ, ਪਰ ਉਹਦੇ ਵਿੱਚ ਇਹਨਾਂ ਦੀ ਅਸਾਈਲਮ ਪ੍ਰੂਫ ਹੋ ਗਈ ਸੀ ਇੱਥੇ ਜਰਮਨ 'ਚ, ਪਰ ਇਹਨਾਂ ਨੂੰ ਡਿਪੋਰਟ ਪਹਿਲਾਂ ਕਰਤਾ ਗਿਆ ਸੀ. ਡਿਪੋਰਟ ਹੋਣ ਤੋਂ ਬਾਅਦ ਉੱਥੇ ਤਾਂ ਤੁਹਾਨੂੰ ਪਤਾ ਬਹੁਤ ਜ਼ਿਆਦਾ ਟੋਰਚਰ ਕੀਤਾ. ਹਾਂਜੀ, ਹਨਾ, ਕੰਫੈਸ ਕਰਵਾਇਆ, ਸਾਈਨ ਕਰਵਾਏ, ਬਹੁਤ ਜ਼ਿਆਦਾ ਟੋਰਚਰ ਕੀਤਾ. ਹਾਂਜੀ, ਤੇ ਉਹਨਾਂ ਦੇ ਹੱਥਾਂ 'ਚ ਜੇ ਬੰਦਾ ਆ ਜਾਂਦਾ ਤਾਂ ਉਹਨੂੰ ਫਿਰ ਕੰਫੈਸ ਕਰਕੇ ਹੀ ਖੜਾ ਛੁੱਟਦਾ. ਉਵੇਂ ਸਾਡੇ ਨਾਲ ਹੋਇਆ ਵੀ ਚਲੋ ਕੋਰਟ 'ਚ ਹੋ ਜਾਏਗਾ ਠੀਕ, ਵਕੀਲ ਦੇ ਨੇ ਕ੍ਰੋਸ ਐਗਜ਼ਾਮੀਨੇਸ਼ਨ 'ਚ ਹੋ ਜਾਏਗਾ ਸਾਰਾ ਕੁਛ, ਪਰ ਉਹ ਇਹ ਨਹੀਂ ਉਹਨਾਂ ਨੇ ਕੋਈ ਵੀ ਮੰਨਿਆ ਨਾ ਟਾਡਾ ਲਾ ਕੇ. ਹਾਂਜੀ, ਤੇ ਉਸ ਤੋਂ ਬਾਅਦ ਬਸ ਸੈਸ਼ਨ ਕੋਰਟ ਤੋਂ ਬਾਅਦ ਜਦੋਂ ਫਿਰ ਸੁਪਰੀਮ ਕੋਰਟ 'ਚ ਅਸੀਂ ਗਏ ਆ, ਹਨਾ, ਉੱਥੇ ਵੀ ਕਿਉਂਕਿ ਕੋਕਿਊਜ਼ਡ ਬਰੀ ਸੀ, ਕੋਈ ਐਵੀਡੈਂਸ ਡਾਇਰੈਕਟ ਹੈ ਨਹੀਂ ਸੀ, ਇਕੱਲਾ ਕਨਫੈਸ਼ਨਲ ਸਟੇਟਮੈਂਟ ਆ ਜਿਹੜੀ ਉਹੀ ਟਾਡਾ ਦੇ ਅੰਡਰ ਉਹਨਾਂ ਨੇ ਐਵੀਡੈਂਸ ਸੀਗਾ. ਹਾਂਜੀ ਜੀ, ਕੋਈ ਡਾਇਰੈਕਟ ਐਵੀਡੈਂਸ ਨਹੀਂ ਸੀ, ਕੋਈ ਐਵੀਡੈਂਸ ਉੱਥੇ ਹੋਰ ਨਹੀਂ ਸੀ ਰਿਲੇਟਡ, ਹਨਾ, ਇਨਡਾਇਰੈਕਟ ਵੀ ਐਵੀਡੈਂਸ ਹੈ ਨਹੀਂ ਸੀ ਕੋਈ, ਪਰ ਫਿਰ ਵੀ ਇਹਨਾਂ ਦੀ ਸਜ਼ਾ ਬਹਾਲ ਰਹੀ. ਪਰ ਉਹ ਜਿਹੜਾ ਜਸਟਿਸ ਸ਼ਾਹ ਸੀ, ਉਹਨੇ ਇਹਨਾਂ ਨੂੰ ਕਤਲ ਕੀਤਾ ਸੀ, ਉਹਨੇ ਕਿਹਾ ਸੀ ਇਹਦੇ ਤੇ ਕੋਈ ਕੇਸ ਨਹੀਂ ਬਣਦਾ, ਟਾਡਾ ਵੀ ਤਾਂ ਲੱਗਣੀ ਚਾਹੀਦੀ ਆ ਜੇ ਇਹਨੇ ਕਿਸੇ ਦੇਸ਼ ਦੀ ਪਾਰਲੀਮੈਂਟ ਤੇ ਜਾਂ ਪ੍ਰਭੂ ਸਭਾ ਤੇ ਕਿਸੇ ਏਦਾਂ ਦਾ ਹਮਲੇ 'ਚ ਸ਼ਾਮਿਲ ਹੋਵੇ. ਬਿੱਟਾ ਤਾਂ ਇੱਕ ਸਧਾਰਨ ਬੰਦਾ ਆ, ਉਹਦੇ ਤੇ ਹਮਲੇ ਦੇ ਵਿੱਚ ਤੁਸੀਂ ਇਹਨੂੰ ਏਦਾਂ ਏਡੀ ਵੱਡੀ ਸਜ਼ਾ ਨਹੀਂ ਦੇ ਸਕਦੇ. ਨਾਲੇ ਉਹ ਸਾਰਿਆਂ ਦੀ ਸਾਜਿਸ਼ ਨਾ ਹੋਣਾ ਚਾਹੀਦਾ, ਇੱਕ ਬੰਦਾ ਇਕੱਲਾ ਕਿਸੇ ਨਾਲ ਸਾਜਿਸ਼ ਨਹੀਂ ਕਰ ਸਕਦਾ. ਹਾਂਜੀ ਬਿਲਕੁਲ, ਹਨਾ. ਤੇ ਟਾਡਾ ਵੀ ਜਿਹੜੀ ਲੱਗੀ ਆ ਉਹਦੇ ਮੁਤਾਬਕ ਵੀ ਟਾਡਾ ਵੀ ਨਹੀਂ ਸੀ ਲੱਗਣੀ ਚਾਹੀਦੀ. ਹਾਂਜੀ, ਹਨਾ, ਪਰ ਟਾਡਾ ਵੀ ਲਾਈ ਗਈ, ਕੰਫੈਸ ਵੀ ਕਰਾਇਆ ਗਿਆ, ਤੇ ਹੁਣ ਤੱਕ ਸਜ਼ਾ ਵੀ ਬਹਾਲ ਰੱਖੀ ਹੋਈ ਆ. ਫਿਰ ਅਸੀਂ ਉਸ ਤੋਂ ਬਾਅਦ ਰਿਵਿਊ ਪਟੀਸ਼ਨ ਪਾਈ, ਤੇ ਰਿਵਿਊ ਦੇ ਵਿੱਚ ਵੀ ਸਾਡੇ ਵਕੀਲ ਕਪਿਲ ਸਿੱਬਲ ਸੀਗੇ, ਤਾਂ ਉਦੋਂ ਵੀ ਰਿਵਿਊ ਵੀ ਸਾਡੀ ਰਿਜੈਕਟ ਹੋ ਗਈ. ਪਰ ਰਿਵਿਊ 'ਚ ਜਿਹੜੇ ਜੱਜਸ ਸੀਗੇ ਉਹਨਾਂ ਨੇ ਲਿਖਤਾ ਸੀ ਦੂਜਿਆਂ ਨੇ ਵੀ ਜਿਹੜਾ ਪ੍ਰੈਜੀਡੈਂਟ ਆ ਉਸ ਤੋਂ ਪਹਿਲਾਂ ਕੋਈ ਪਟੀਸ਼ਨ ਜਦੋਂ ਪ੍ਰੈਜੀਡੈਂਟ ਕੋਲ ਜਾਣੀ ਆ, ਉਹ ਜਸਟਿਸ ਸ਼ਾਹ ਨਾਲ ਕੰਸੀਡਰ ਕਰੇ ਤੇ ਕਮਿਊਟ ਕਰ ਦੇ. ਪਰ ਇਹ ਸਾਰੀਆਂ ਗੱਲਾਂ ਉਹਨਾਂ ਨੇ ਇਗਨੋਰ ਕਰਕੇ ਜਿੱਦਾਂ ਇੱਥੋਂ ਤੱਕ ਹਨਾ ਕਰ ਦਿੱਤਾ. ਫਿਰ ਉਹਨਾਂ ਉਹ ਸਾਰੀਆਂ ਗੱਲਾਂ ਜਦੋਂ ਬੰਦਾ ਦੇਖਦਾ ਨਾ ਵੀ ਧੱਕਾ ਹੀ ਹੋ ਰਿਹਾ, ਧੱਕਾ ਹੀ ਹੋ ਰਿਹਾ, ਟੋਰਚਰ ਹੀ ਹੋਈ ਜਾ ਰਿਹਾ, ਸਾਨੂੰ ਕਿਤੇ ਵੀ ਇਨਸਾਫ਼ ਨਹੀਂ ਮਿਲ ਰਿਹਾ. ਪਰ ਅਸੀਂ ਤਾਂ ਇਨਸਾਫ਼ ਮੰਗ ਰਹੇ ਸੀ, ਪਰ ਸਾਨੂੰ ਲੋਕਾਂ ਨੇ ਇਹ ਵੀ ਮੈਨੂੰ ਤਾਂ ਵਿਰੋਧ ਤਾਂ ਸੁਣਨੀ ਪਈ ਵੀ ਜੇ ਤੁਸੀਂ ਰਹਿਮ ਮੰਗਦੇ ਹੋ, ਤੁਸੀਂ ਮਾਫ਼ੀ ਮੰਗਦੇ ਹੋ, ਤੁਸੀਂ ਕੋਰਟ 'ਚ ਨਾ ਜਾਓ, ਹਨਾ. ਪਰ ਅਸੀਂ ਤਾਂ ਇੱਕ ਇਨਸਾਫ਼ ਮੰਗਦੇ ਸੀ ਵੀ ਸਾਨੂੰ ਜੱਜ ਬਰੀ ਕਰ ਰਿਹਾ, ਉਹ ਪੱਖ ਨੂੰ ਨਹੀਂ ਸੀ ਕੋਈ ਦੇਖ ਰਿਹਾ ਜਿਹੜਾ ਕਿ ਹੁਣ ਦੇਖਿਆ ਸਾਰਿਆਂ ਨੇ. ਹਾਂਜੀ, ਹੁਣ ਤੱਕ ਅਸੀਂ ਇਹੀ ਸੁਣਦੇ ਰਹੇ ਜੀ ਨਾ ਜਾਓ ਜੀ ਕੋਰਟ 'ਚ, ਰਹਿਮ ਮੰਗ ਲਈ, ਐ ਕਰ ਲਿਆ, ਗੋਡੇ ਲਵਾਤੇ ਕੌਮ ਦੇ, ਯੇ ਹੋ ਗਿਆ. ਪਰ ਅਸੀਂ ਉਹ ਅਸੀਂ ਤਾਂ ਆਪਣੇ ਇਨਸਾਫ਼ ਤੇ ਤੁਰੇ ਹੋਏ ਸੀ. ਹਾਂਜੀ, ਕਿ ਸਾਨੂੰ ਤਾਂ ਸ਼ੇਅਰ ਕਰੋ ਸਾਡੇ ਨਾਲ, ਕੋਰਟ ਆਪਦੀ ਕੋਰਟ ਦੇ ਵਿੱਚੋਂ ਸਾਨੂੰ ਸ਼ੇਅਰ ਕਰੋ ਸਾਡੇ ਨਾਲ, ਉੱਥੇ ਇਨਸਾਫ਼ ਕਰੋ. ਹਾਂਜੀ, ਹਨਾ, ਬਾਏ ਲਾ ਕਰੋ, ਬਾਏ ਲਾ ਬਣ ਰਿਹਾ ਜੀ, ਹਨਾ. ਪਰ ਉਦੋਂ ਵੀ ਨਹੀਂ ਹੋਇਆ ਕੁਛ, ਪਰ ਹੁਣ ਤੱਕ ਤੁਹਾਨੂੰ ਪਤਾ ਹੀ ਆ ਮੈਂ 2001 ਤੋਂ ਜਾਂਦੀ ਪਈ ਆ. ਹਾਂਜੀ ਹਾਂਜੀ ਜੀ, 2001 ਤੋਂ ਜਾਣਾ ਸ਼ੁਰੂ ਕੀਤਾ, ਕੇਸ ਆ ਉਹ ਏਦਾਂ ਕੁਛ ਵੀ ਨੀ ਹੈ ਵੀ ਐਵੀਡੈਂਸ ਵਗੈਰਾ ਕੁਛ ਹੈ ਨੀ, ਕਨਫੈਸ ਕਿਵੇਂ ਕਰਾਇਆ. ਹਾਂਜੀ, ਫਿਰ ਉਦੋਂ ਤੋਂ ਜਿਆਦਾ ਮੈਂ ਜਿਹੜਾ ਭੱਜ ਦੌੜ ਕਰਨੀ ਪਈ ਵੀ ਚਲੋ ਸ਼ਾਇਦ ਕਿਤੇ ਹਨਾ ਠੀਕ ਹੋ ਜਾਏ, ਜਦੋਂ ਕੋਈ ਆਪਣਾ ਇਹਦੇ ਚ ਐਵੀਡੈਂਸ ਨੀ ਜਾਂ ਕੁਛ ਹੈ ਨੀ ਗਾ ਜੀ. ਤੇ ਭੈਣ ਜੀ, ਕੇਸ ਕਨਫੈਸ਼ਨ ਹੋਇਆ ਸੀਗਾ, ਉਸ ਬਾਰੇ ਪ੍ਰੋਫੈਸਰ ਭੁੱਲਰ ਜੀ ਨੇ ਕੀ ਕਿਹਾ ਸੀਗਾ? ਭੈਣ ਜੀ, ਖਾਲੀ ਪੇਪਰਾਂ ਤੇ ਸਾਈਨ ਕਰਵਾਏ ਸੀ,
ਕਹਿੰਦੇ ਮੈਨੂੰ ਬਿਲਕੁਲ ਬਲੈਂਕ ਪੇਪਰਾਂ ਤੇ ਜੀ ਬਲੈਂਕ ਪੇਪਰਾਂ ਤੇ ਉਹਨਾਂ ਨੇ ਕਨਫੈਸ ਕਰਾਇਆ ਕੋਈ ਰਿਕਾਰਡਿੰਗ ਨਹੀਂ ਉਹਨਾਂ ਨੇ ਲਈ ਕੋਈ ਉਹਨਾਂ ਨੇ ਐਵੀਡੈਂਸ ਉਹਨਾਂ ਨੂੰ ਕਿਤੇ ਰਿਕਾਰਡ ਨਹੀਂ ਕੀਤਾ ਜਦੋਂ ਕਿ ਰਿਕਾਰਡਿੰਗ ਚਾਹੀਦੀ ਸੀ ਨਾਲ ਹਾਂਜੀ ਤਬੀਅਤ ਕਿਸ ਤਰ੍ਹਾਂ ਸੀ ਇਹ ਵੀ ਸਾਡੇ ਸਿੱਖ ਸੰਗਤਾਂ ਨੂੰ ਦੱਸੋ ਜੀ ਮੈਂ ਤਾਂ 2001 ਤੋਂ ਜਾਂਦੀ ਪਈ ਆ ਉਦੋਂ ਤਾਂ ਥੋੜਾ ਜਿਹਾ ਠੀਕ ਸੀ ਵੀ ਚਲੋ ਫੈਸਲਾ ਆਪਣਾ ਸੁਪਰੀਮ ਕੋਰਟ ਤੋਂ ਠੀਕ ਹੋ ਜਾਏਗਾ ਉਸ ਤੋਂ ਬਾਅਦ ਰਿਵਿਊ ਚ ਠੀਕ ਹੋ ਜਾਏਗਾ ਪਰ ਡੇ ਬਾਏ ਡੇ ਫਿਰ ਤੁਹਾਨੂੰ ਪਤਾ ਉੱਥੇ ਤਿਹਾੜ ਜੇਲ ਜਿਹੜੀ ਉਹ ਕੱਟਣੀ ਬਹੁਤ ਔਖੀ ਆ ਬਹੁਤ ਟਫ ਜੇਲ ਆ ਔਰ ਉਹ ਚੱਲ ਚ ਰਹਿਣਾ ਔਰ ਇੰਨਾ ਗੰਦਾ ਫੂਡ ਇੰਨਾ ਘਟੀਆ ਕੁਆਲਿਟੀ ਦਾ ਫੂਡ ਮਿਲਦਾ ਸੀ ਹਨਾ ਉਹ ਤਾਂ ਫਿਰ ਜਦੋਂ ਮੈਂ ਜਾਣਾ ਸ਼ੁਰੂ ਕੀਤਾ ਮੈਂ ਅੰਦਰ ਇਹਨਾਂ ਨੂੰ ਜਿਵੇਂ ਕੈਦੀਆਂ ਨੂੰ ਕੂਪਨ ਵਗੈਰਾ ਦਿੱਤੇ ਜਾਂਦੇ ਸੀ ਉਹ ਦਮਾਉਣੇ ਸ਼ੁਰੂ ਕੀਤੇ ਵੀ ਥੋੜਾ ਬਹੁਤਾ ਤਾਂ ਕਿ ਉੱਥੇ ਕੰਟੀਨ ਚੋਂ ਖਾ ਸਕਣ ਵੀ ਸਿਹਤ ਠੀਕ ਰਹੇ ਹਨਾ ਅਦਰਵਾਈਜ਼ ਬਹੁਤ ਬੁਰਾ ਹਾਲ ਪਹਿਲੇ 6 ਸਾਲ ਤਾਂ ਬਹੁਤ ਜ਼ਿਆਦਾ ਬੁਰਾ ਹਾਲ ਸੀ ਹਾਂਜੀ ਤੇ ਫਿਰ ਉਸ ਤੋਂ ਬਾਅਦ ਤਾਂ ਮਤਲਬ ਬੰਦੇ ਫਿਰ ਕੋਈ ਨੇੜੇ ਹੋਰ ਉੱਥੇ ਦੇਖਣ ਵਾਲਾ ਨਹੀਂ ਸੀ ਮੈਂ ਵੀ ਵਾਪਸ ਆ ਜਾਂਦੀ ਸੀ ਫਿਰ ਬੰਦਾ ਡਿਪਰੈਸ਼ਨ ਚ ਚਲਾ ਜਾਂਦਾ ਮੈਂਟਲੀ ਆਪੇ ਹੀ ਉਹਨੇ ਆਪਣੇ ਆਪ ਚ ਟੋਰਚਰ ਹੋਈ ਜਾਣਾ ਵੀ ਇਹ ਕੀ ਹੋ ਰਿਹਾ ਹਾਂਜੀ ਜੀ ਬਿਲਕੁਲ ਕਿੰਨੇ ਗੰਦੇ ਸਿਸਟਮ ਚ ਫਸ ਗਏ ਜੀ ਮੈਡੀਕਲ ਗਰਾਊਂਡ ਆ ਜਿਹੜੀ ਉਹਦਾ ਵੀ ਅਸੀਂ ਕੋਈ ਡਾਕਟਰਾਂ ਦੀਆਂ ਰਿਪੋਰਟਸ ਵੀ ਮੰਗਵਾਈਏ ਉਹ ਵੀ ਨੀ ਉਹਨਾਂ ਨੇ ਮੰਗਾਈਆਂ ਜੀ ਫਿਰ ਹੁਣ ਮੈਡੀਕਲ ਬੋਰਡ ਨੇ ਜੋ ਰਿਪੋਰਟ ਭੇਜੀ ਆ ਉਹ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਆ ਜੀ ਭੈਣ ਜੀ ਅਸੀਂ ਵੀ ਇਹ ਅਰਦਾਸ ਕਰਦੇ ਕਿ ਪ੍ਰੋਫੈਸਰ ਭੁੱਲਰ ਜੀ ਦੀ ਸਿਹਤ ਸਹੀ ਹੋਵੇ ਅਤੇ ਭੈਣ ਜੀ ਸਾਰਾ ਵਕਤ ਹੋਵੇ ਇੱਕ ਛੋਟੇ ਜਿਹੇ ਬ੍ਰੇਕ ਤਾਂ ਤੁਸੀਂ ਸਾਡੇ ਨਾਲ ਲਾਈਨ 'ਤੇ ਇਸੇ ਤਰ੍ਹਾਂ ਬਣੇ ਰਹੋ ਬ੍ਰੇਕ ਤੋਂ ਬਾਅਦ ਵੀ ਇਸੇ ਤਰ੍ਹਾਂ ਸਵਾਲਾਂ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰੱਖਾਂਗੇ ਹਾਂ ਵੀਰਸ ਵਕਤ ਹੋ ਗਿਆ ਇੱਕ ਛੋਟੇ ਜਿਹੇ ਬ੍ਰੇਕ ਦਾ ਕੀਪ ਵਾਚਿੰਗ ਨਿਊਜ਼ ਟੀਵੀ 84 ਦੇ ਨਾਲ ਵੀ ਰਾਈਟ ਬੈਕ ਆਫਟਰ ਸ਼ੋਰਟ ਬ੍ਰੇਕ